ਕੌਮੀ ਇਨਸਾਫ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਜਿਹੜਾ ਮੋਰਚਾ ਲੱਗਾ ਹੋਇਆ ਇੱਕ ਉੱਚੇ ਤੌਰ 'ਤੇ ਰੋਸ ਮਾਰਚ ਕੱਢਿਆ ਗਿਆ ਜਿਹੜਾ ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ ਸ਼ੁਰੂ ਹੋਇਆ ਅਤੇ ਮੋਹਾਲੀ ਜਿੱਥੇ ਮੋਰਚਾ ਲੱਗਾ ਹੋਇਆ ਉੱਥੇ ਆਣ ਕੇ ਸੰਪੰਨ ਕਿ ਜਿਹੜੇ ਮਾਰਚ ਕੱਢ ਰਹੇ ਹੋ ਜਾਂ ਜਿਹੜਾ ਰੋਸ ਜਿਤਾ ਰਹੇ ਹੋ ਕੋਈ ਸਰਕਾਰ 'ਤੇ ਅਸਰ ਨਜ਼ਰ ਆ ਰਿਹਾ ਇਸ ਦਾ ਜਾਂ ਨਹੀਂ ਨਜ਼ਰ? ਇੱਕ ਕਾਰਨ ਅਸੀਂ ਲੋਕਾਂ ਦੇ ਵਿੱਚ ਜਾਗਰਤਾ ਚੇਤਤਾ ਲਿਆਉਣੀ ਚਾਹੁੰਦੇ, ਦੱਸਣਾ ਚਾਹੁੰਦੇ ਬੈਠੇ ਕਿਉਂ ਆ, ਕਿਉਂਕਿ ਪ੍ਰਚਾਰ ਇੱਦਾਂ ਦੇ ਗਲਤ ਹੋ ਰਹੇ ਜੀ। ਉੱਥੇ ਮੋਰਚਾ ਪਤਾ ਨਹੀਂ ਚੱਕਿਆ ਗਿਆ, ਚੱਕਿਆ ਜਾਣਾ ਜੀ, ਹੈ ਹੀ ਕੁਛ ਨਹੀਂ। ਦੂਜਾ, ਅਸੀਂ ਸਰਕਾਰ ਨੂੰ ਵੀ ਸੁੱਤੀ ਨੂੰ ਜਗਾਉਣਾ ਚਾਹੁੰਦੇ ਹਾਂ, ਲੋਕਾਂ ਵੀ ਦੱਸਣਾ ਚਾਹੁੰਦੇ ਵੀ ਸਰਕਾਰਾਂ ਦੋਵੇਂ, ਚਾਹੇ ਪੰਜਾਬ ਦੀ ਹੈ ਚਾਹੇ ਸੈਂਟਰ ਦੀ ਹੈ, ਕਿਸ ਤਰ੍ਹਾਂ ਸਾਡੇ ਨਾਲ ਵਾਅਦੇ ਕਰ ਕਰ ਮੁੱਕਰਦੇ। ਬਸ ਇਹ ਪੈਰੋਲ ਦੀਆਂ ਗੱਲ ਕਰ ਰਹੇ ਹੋ, ਸਿੰਘਾਂ ਦੀਆਂ ਪੈਰੋਲਾਂ ਨੂੰ ਲੈ ਕੇ ਜ਼ਿਕਰ ਚੱਲ ਰਿਹਾ, ਦੂਜੇ ਪਾਸੇ ਜਿਹੜਾ ਡੇਰਾ ਮੁਖੀ ਹੈ ਜਿਹੜਾ ਦੋਸ਼ੀ ਗਰਦਾਨਿਆ ਗਿਆ ਹੈਗਾ, ਦੋ ਵੱਡੇ ਅਪਰਾਧ ਕੀਤੇ ਜੇ ਨੇ, ਬਲਾਤਕਾਰ ਦਾ ਮਾਮਲਾ ਹੋਵੇ ਚਾਹੇ ਕਤਲ ਦਾ ਮਾਮਲਾ ਹੋਵੇ, ਉਹਨੂੰ ਫਿਰ ਪੈਰੋਲ ਜਿਹੜੀ ਹੈ ਅਲਾਓ ਕਰ ਦਿੱਤੀ ਗਈ ਹੈ। ਇੱਕ ਪਾਸੇ ਤਾਂ ਲੋਕ ਲੰਮੇ ਸਮੇਂ ਤੋਂ ਜੇਲ੍ਹਾਂ 'ਚ ਬੰਦ ਨੇ, ਦੂਜੇ ਪਾਸੇ ਬੜੇ ਆਰਾਮ ਦੇ ਨਾਲ ਪੈਰੋਲਾਂ ਮਿਲ ਰਹੀਆਂ ਨੇ। ਇਹ ਲੱਗਦਾ ਕਿ ਇੱਕੋ ਥਾਂ 'ਤੇ ਦੋ ਕਾਨੂੰਨ ਚੱਲ ਰਹੇ ਨੇ ਸਾਡੇ ਮੁਲਕ? ਜਿਹੜਾ ਆਪਣੇ ਹੱਕ ਸੱਚ ਨਿਆਂ ਦੀ ਖਾਤਰ ਕੋਈ ਗੱਲ ਕਰਦਾ, ਉਹਦੀ ਕੋਈ ਰੇਪ ਦਾ ਕੇਸ ਉੱਤੇ, ਮਰਡਰ ਕੇਸ ਕਤਲਾਂ ਦੇ, ਉਹਨੂੰ ਇਹਨਾਂ ਨੌਜਵਾਨ ਸਿੰਘਾਂ ਨਾਲ, ਬੰਦੀ ਸਿੰਘਾਂ ਦੇ ਨਾਲ ਕੰਪੇਅਰ ਕਰਨਾ, ਤੁਲਨਾ ਕਰਨੀ ਗੁਨਾਹ ਹੈ। 45 ਦਿਨ ਦੀ ਪੈਰੋਲ ਮਿਲਦੀ ਸਾਲ 'ਚ ਦੋ ਵਾਰੀ। ਕਈ ਬੰਦੇ ਨੇ ਘਰ ਆਪਣਾ ਮਕਾਨ ਡਿੱਗਿਆ ਉਹ ਠੀਕ ਕਰਨਾ, ਖਰਾਬ ਹੋਇਆ ਫਸਲ ਚੱਕਣੀ, ਹੁਣ ਉਹਨੇ ਉਸ ਦੁਸ਼ਟ ਨੇ ਸਰਸੇ ਵਾਲੇ ਨੇ ਕਿਹੜੀ ਫਸਲ ਚੱਕਣੀ? ਨਵੇਂ ਆਈ ਜੀ ਲਾ ਦਿੱਤੇ ਗਏ ਨੇ ਤਾਂ ਇਹ ਵੀ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਨੇ ਕਿ ਮੋਰਚਾ ਛੇਤੀ ਛੇਤੀ ਚੁਕਾਇਆ ਜਾਵੇ। ਪਹਿਲੀ ਗੱਲ ਤਾਂ ਜਿਹੜੇ ਅਸੀਂ ਬੈਠੇ ਹਾਂ, ਆਪਣਾ ਸਾਡਾ ਸੰਵਿਧਾਨ ਖਾ, ਜੋ ਪ੍ਰਾਈਮ ਮਿਨਿਸਟਰ ਚਾਹੇ ਰਾਸ਼ਟਰਪਤੀ ਜਦੋਂ ਸੁਣਦਾ ਨਹੀਂ ਹੈ, ਉਹ ਸਾਡੀ ਕੋਈ ਗੱਲ ਜਿਹੜੀ ਸਾਡੀ ਜਿਹੜੀ ਸੱਚੀ ਗੱਲ ਆ, ਹੱਕੀ ਗੱਲ, ਉਹ ਗੱਲ ਨਹੀਂ ਮੰਨਦਾ। ਸਾਡਾ ਅਧਿਕਾਰ ਆ ਸੜਕ 'ਤੇ ਬਹਿਣਾ, ਉਹ ਸਾਡੀਆਂ ਮੰਗਾਂ ਮੰਨ ਲੈਣ, ਅਸੀਂ ਕਿਉਂ ਬਹਿਣਾ? ਅਸੀਂ ਇੰਨੇ ਮੂਰਖ ਹਾਂ, ਇੰਨੇ ਬੇਵਕੂਫ ਹਾਂ, ਇੰਨੇ ਯੱਡ ਹਾਂ ਵੀ ਅਸੀਂ ਸਾਰਾ ਸਿਆਲ ਕੋਰੇ ਕੱਕਰ 'ਚ ਆਪਣੀਆਂ ਮਾਵਾਂ ਭੈਣਾਂ ਨੂੰ ਬਿਠਾਈਏ, ਗਰਮੀ 'ਚ, ਸਰਦੀ 'ਚ, ਅੱਗ ਵਰਦੀ 'ਚ, ਝੱਖਣਾਂ 'ਚ ਬਿਠਾਈਏ, ਅਸੀਂ ਸਦਾਈ ਹਾਂ। ਸਤਿ ਸ਼੍ਰੀ ਅਕਾਲ ਦੋਸਤੋ, ਨਿਊਜ਼ ਓਨਲੀ ਦੇਖ ਰਹੇ ਹੋ ਤੁਸੀਂ। ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ। ਅੱਜ ਕੌਮੀ ਇਨਸਾਫ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਜਿਹੜਾ ਮੋਰਚਾ ਲੱਗਾ ਹੋਇਆ ਇੱਕ ਉੱਚੇ ਤੌਰ 'ਤੇ ਰੋਸ ਮਾਰਚ ਕੱਢਿਆ ਗਿਆ ਜਿਹੜਾ ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ ਸ਼ੁਰੂ ਹੋਇਆ ਅਤੇ ਮੋਹਾਲੀ ਜਿੱਥੇ ਮੋਰਚਾ ਲੱਗਾ ਹੋਇਆ ਉੱਥੇ ਆਣ ਕੇ ਸੰਪੰਨ ਹੋਇਆ। ਸਾਡੇ ਨਾਲ ਇਸ ਵਕਤ ਪਾਲ ਸਿੰਘ ਫਰਾਂਚ ਨੇ, ਗੱਲਬਾਤ ਕਰਕੇ ਸਮਝਣਾ ਕਿ ਇਸ ਮਾਰਚ ਦੇ ਨਾਲ ਕੀ ਸੁਨੇਹਾ ਦੇਣ ਦੀ ਕੋਸ਼ਿਸ਼ ਹੋਈ ਆ। ਫਰਾਂਚ ਸਾਹਿਬ, ਅੱਜ ਮਾਰਚ ਕੱਢਿਆ, ਵੱਡੀ ਗਿਣਤੀ 'ਚ ਸੰਗਤ ਇਸ ਮੋਰਚੇ ਦੇ ਵਿੱਚ ਸ਼ਾਮਿਲ ਹੋਈ ਹੋਈ, ਦੁਬਾਰਾ ਇਹ ਵੀ ਦੇਖਣ ਨੂੰ ਮਿਲਿਆ ਕਿ ਰੌਣਕ ਵੀ ਨਜ਼ਰ ਆਈ ਹੈ ਮੋਰਚੇ ਦੇ ਵਿੱਚ, ਨਜ਼ਰ ਕੀ ਆ ਰਿਹਾ ਕਿ ਇਹ ਜਿਹੜੇ ਮਾਰਚ ਕੱਢ ਰਹੇ ਹੋ ਜਾਂ ਜਿਹੜਾ ਰੋਸ ਜਿਤਾ ਰਹੇ ਹੋ ਕੋਈ ਸਰਕਾਰ 'ਤੇ ਅਸਰ ਨਜ਼ਰ ਆ ਰਿਹਾ ਇਸ ਦਾ ਜਾਂ ਨਹੀਂ ਨਜ਼ਰ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਸਭ ਤੋਂ ਪਹਿਲਾਂ ਤਾਂ ਨਿਊਜ਼ ਓਨਲੀ ਇਹ ਜਿੰਨੇ ਦੇ ਸਰੋਤੇ ਨੇ, ਸਟਾਫ ਹੈ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ। ਸਾਡਾ ਅਸੀਂ ਜਿਹੜਾ ਰੋਸ ਮਾਰਚ ਕਰ ਰਹੇ ਹਾਂ, ਖਾਲਸਾ ਮਾਰਚ ਜਾਂ ਚੇਤਨਾ ਮਾਰਚ ਜਾਂ ਜਾਗਰੂਕਤਾ ਮਾਰਚ, ਪਹਿਲਾਂ ਅਸੀਂ ਅਨੰਦਪੁਰ ਸਾਹਿਬ ਤੋਂ ਕੱਢਿਆ, ਫਿਰ ਹਰਿਆਣੇ ਤੋਂ, ਅਤੇ ਇਹ ਤੀਜਾ ਮਾਰਚ ਕੱਢਿਆ ਅਸੀਂ ਫਤਿਹਗੜ੍ਹ ਸਾਹਿਬ ਤੋਂ। ਉਹ ਪਵਿੱਤਰ ਧਰਤੀ ਜਿਹੜੀ ਛੋਟੇ ਛੋਟੇ ਸਾਹਿਬਜ਼ਾਦੇ ਜਿਹੜੇ ਸ਼ਹੀਦ ਹੋਏ, ਸ਼ਾਇਦ ਇੱਦਾਂ ਦੀ ਦੁਨੀਆ 'ਤੇ ਮਿਸਾਲ ਨਹੀਂ ਹੈ, ਅਤੇ ਮਾਤਾ ਗੁਜਰ ਕੌਰ, ਹੋਰ ਸੈਂਕੜੇ ਨਹੀਂ ਹਜ਼ਾਰਾਂ ਸਿੰਘ ਉੱਥੇ ਸ਼ਹੀਦ ਹੋਏ ਨੇ, ਚਰਨਛੂ ਪ੍ਰਾਪਤ ਧਰਤੀ ਤੋਂ ਅਰਦਾਸ ਕਰਕੇ ਮਾਰਚ ਕੱਢਿਆ। ਕਾਫੀ ਸੰਗਤਾਂ ਨੇ ਉਤਸ਼ਾਹ ਕੀਤਾ, ਇੱਥੇ ਆਏ। ਇਹਦੇ ਦੋ ਕਾਰਨ ਨੇ ਜੀ। ਇੱਕ ਕਾਰਨ ਅਸੀਂ ਲੋਕਾਂ ਦੇ ਵਿੱਚ ਜਾਗਰਤਾ ਚੇਤਤਾ ਲਿਆਉਣੀ ਚਾਹੁੰਦੇ, ਦੱਸਣਾ ਚਾਹੁੰਦੇ ਬੈਠੇ ਕਿਉਂ ਆ, ਕੀ ਸਾਡੀਆਂ ਮੰਗਾਂ ਹੁਣ ਤਾਂ ਮੰਨੀਆਂ ਗਈਆਂ, ਕੀ ਹਜੇ ਮੰਗਾਂ ਰਹਿੰਦੀਆਂ, ਕਿਵੇਂ ਮੰਨੀਆਂ ਜਾਣਗੀਆਂ, ਲੋਕਾਂ ਵਿੱਚ ਚੇਤਨਤਾ ਲਿਆਉਣੀ, ਕਿਉਂਕਿ ਪ੍ਰਚਾਰ ਇੱਦਾਂ ਦੇ ਗਲਤ ਹੋ ਰਿਹਾ ਜੀ। ਉੱਥੇ ਮੋਰਚਾ ਪਤਾ ਨਹੀਂ ਚੱਕਿਆ ਗਿਆ, ਚੱਕਿਆ ਜਾਣਾ ਜੀ, ਹੈ ਹੀ ਕੁਛ ਨਹੀਂ। ਇੱਕ ਤਾਂ ਇਹ ਕਾਰਨ ਹੈ ਦੱਸਦਾ, ਦੂਜਾ ਅਸੀਂ ਸਰਕਾਰ ਨੂੰ ਵੀ ਸੁੱਤੀ ਨੂੰ ਜਗਾਉਣਾ ਚਾਹੁੰਦੇ ਹਾਂ, ਲੋਕਾਂ ਵੀ ਦੱਸਣਾ ਚਾਹੁੰਦੇ ਵੀ ਸਰਕਾਰਾਂ ਦੋਵੇਂ, ਚਾਹੇ ਪੰਜਾਬ ਦੀ ਹੈ ਚਾਹੇ ਸੈਂਟਰ ਦੀ ਹੈ, ਕਿਸ ਤਰ੍ਹਾਂ ਸਾਡੇ ਨਾਲ ਵਾਅਦੇ ਕਰ ਕਰ ਮੁੱਕਰਦੀ ਹੈ। ਕਿਸ ਤਰ੍ਹਾਂ ਮੈਂ ਅੱਜ ਦੀ ਮਿਸਾਲ ਦਿੰਦਾ ਜੀ, ਜਥੇਦਾਰ ਜਗਤਾਰ ਸਿੰਘ ਹਵਾਰਾ ਦੇ 4 ਕੇਸ ਨੇ ਜੀ, 2 ਸਾਹਿਬਜ਼ਾਦਾ ਅਜੀਤ ਸਿੰਘ ਨਗਰ ਚੱਲਦੇ ਨੇ, 2 ਚੱਲਦੇ ਨੇ ਚੰਡੀਗੜ੍ਹ। ਅੱਜ ਇੱਕ ਕੇਸ ਆ, ਉਹ ਕੱਲ੍ਹ ਵੀ ਤਰੀਕ ਸੀ, ਪਰਸੋਂ ਵੀ ਸੀ, ਹੁਣ ਕੱਲ੍ਹ ਨੂੰ ਪਾਤੀ ਡਿਸੀਜਨ 'ਤੇ ਕੇਸ ਆ, ਫੈਸਲਾ ਜੱਜ ਨੇ ਸੁਣਾਉਣਾ, ਐਜ਼ ਪਰ ਲੋ ਸੁਣਾਉਣਾ, ਸੁਣਾ ਨਹੀਂ ਰਹੇ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਉਹ ਸਾਰੇ ਕੇਸ ਖਤਮ ਹੋ ਜਾਣ, ਉਸ ਤੋਂ ਬਾਅਦ ਉਹ ਐਲੀਜੀਬਲ ਹੋਣਗੇ ਬੇਲ ਲੈਣ 'ਤੇ, ਫਿਰ ਬੇਲ ਹੋਣੀ ਜਿਹੜੀ ਜਿੰਨਾ ਚਿਰ ਉਹ ਕੇਸ ਸਮਾਪਤ ਨਹੀਂ ਹੁੰਦੇ, ਉਹ ਗੁਰੂ ਕਿਰਪਾ ਕਰਨਗੇ। ਦੂਸਰੀ ਉਪਲਬਧੀ ਬਹੁਤ ਵੱਡੀ ਹੈ, ਇੱਕ ਤਾਂ ਇਹਦੇ 3 ਕੇਸ ਖਤਮ ਹੋ ਜੂਗੇ ਅਗਲੇ ਮਹੀਨੇ ਦੇ ਪਹਿਲੇ ਜਾਂ ਦੂਜੇ ਹਫ਼ਤੇ, ਉਸ ਤੋਂ ਬਾਅਦ ਇਹ
बेल लैन के हकदार ने सुप्रीम कोर्ट तो, ठीक है जी। जिहड़ा इन तो अलावा वा परमजीत सिंह जी प्योरा ने, जगतार सिंह तारा, परमजीत सिंह प्योरा की बेल भी अप्लाई की हुई है, जिन्होंने नक्शा कहें, उसके 20 दिसंबर 90 दिन होने, 90 दिन तो बाद एलिजिबल होएगा बेल लैन, पैरोल भी अप्लाई कर दे। जगतार सिंह तारा की भी जी पैरोल अप्लाई करती, क्योंकि बेल वो लै नहीं सकता हजे, उत्ते एक केस चल रहा है, ठीक है जी। वो कोशिश कर रहे हैं, बाकी जी गुरदीप सिंह खैड़ा ने उन्हों का केस दिल्ली ने जा कर्नाटका ने करना, कर्नाटका इधर कह दी उधर कह दी, वो भी असी दिल्ली भी संपर्क कर रहे हैं, भी किसी ने तरीके केस जल्दी तो नबेड़े हो जा फैसला सुना का। इदा ही प्रोफेसर दविंदर पाल सिंह भुल्लर का वो केजरीवाल ने करना है, केजरीवाल हजे वो नहीं साइन कर रहा वो रिलीज पर प्री मचोरिटी पर, यह साडिया उपलब्धियां ने, तो ये जागरूकता लियानी चाहते, चेतता लियानी चाहते भी लोगों, जे पंजाब सरकार की गल करनी, तुम 92 लाशा भेजिया ने, मैं हूँ पुछणगे भी लाशा क्यों जीते जागते हैं, जे जीते हो एम एल ए पुछन अपने वड्डे लीडर जेडे वादे किए थे हज़ार हज़ार असी पेंशन देंगे कितने दीती है, वो कहें थे अं 24 घंटे नशा खत्म करना, कितने नशा खत्म हो जी, समगलिंग नशे की उदा हो रही, रेत माफिया उदा चल रहा, करप्शन बिल्कुल ही नहीं खत्म हुई, ये असी सबूत दे सकते, किसी कचहरी तहसील के किसी मुंशी के कित भी वो काम नहीं होंगे, पैसे देने पैदे, ये हालात नहीं बने हुए, इस करके बिल्कुल नलायक सिद्ध हुई, असं लोगों को दसना चाहते भी अगे तो सचेत होवो, गुमराह ना होवो। एक पास पैरोल की गल कर रहे हो, सिंघां दीआं पैरोलां नूं लैके जिक्र चल रहा, दूजे पास जिहड़ा डेरा मुखी है जिहड़ा दोषी गरदानिया गया है, दो वड्डे अपराध किए जाने, बलात्कार का मामला होवे चाहे कतल का मामला होवे, उन्हूं फिर पैरोल जिहड़ी है अलाउ कर दी गई है, किदां देखदे हो? एक पास तो लोग लंबे समय तो जेलां च बंद ने, दूजे पास बड़े आराम दे नाल पैरोलां मिल रही ने, यह लगता कि इक्को थां ते दो कानून चल रहे ने साडे मुल्क ते? कानून तो जी दो कह दो या तीन कह दो, एक कह दो, सिखा कोई कानून ही नहीं है, जिहड़ा अपने हक सच न्याय की खातर कोई गल करता वो कोई कानून। दूसरी मैं थोड़ा बेनती करनी चाहना थोड़े माध्यम थ्रू भी थानू भी, उन्हों उस दुष्ट उस पापी जिन्हें कई सैकड़े बंदे नपुंस करते, रेप का केस उत्ते, मर्डर केस कतलों के, उन्होंने इन्हों नौजवान सिंघा ना बंदी सिंघा दे नाल कंपेयर करना, तुलना करनी गुनाह है, वो तो बड़ा पापी बंदा, उन्हों की होया? देखो जी मैं पैरोल बारे जरूर दसना चाहना, मैं जेल मैनुअल पढ़े हुए, मैनू पता भी किदा पैरोल मिलती, ये 45 दिन की दो वेरी पहला 35 दिन की भी होई, 21 दिन भी हो रही, उन्होंने फड़ लो भी कह दे 45 दिन की पैरोल मिलती साल च दो वेरी, कि बंदे ने इन्हें घर अपना मकान डिग्गा वो ठीक करना, खराब होया फसल चकनी, हुण उहने उस दुष्ट ने सरसे वाले ने कहड़ी फसल चकनी, उहदा किहड़ा घर आ, वह तो नवाबां वाली जिंदगी जी रहा, उहदे नाल तुलना करनी ये गुनाह वा, मैं चाहुंदा वी बिल्कुल उहदे नाल तुलना नहीं की जाए, साडा शिकारच आ ये शिकारचमई योधे ने, इन्हां ने कौम की खातर अणख की खातर इस पर जिहड़ा रुड़दा पंजाब आ उहदी खातर ते जवानी की खातर अपनी सब समझ लो भी शरीरक जवानी की पूरी कुर्बानी कर दी है। काम नूं लैके कंपैरिजन नहीं हो रहा, यह सिर्फ कानून नूं लैके कंपैरिजन हो रहा, भी एक पास तो एक व्यक्ति है वो जो दोषी गिरदाना गया उन्होंने भी पैरोल मिल रही है, दूजे पास जिन्हां ते केस ही चल रहे हले बहुते केसां च फैसले नहीं हुए हैगे तो उन्होंने पैरोल जां उन्होंने उस तरीके नाल कोई राहत नहीं मिल रही, तो कानूनी तौर पर जिहड़ी गंदी सौड़ी सियासत है ना जी, इन्हें साडा सारा सिस्टम बर्बाद करता, जिन्होंने डेमोक्रेसी कहिंदे आ, लोकतंत्र, लोकतंत्र है ही नहीं, डेमोक्रेसी कहदी, एक पिंड दे विच 40% एक सरपंच वोट पवांदा, 40 दूआ पवांदा, जिहड़ा लोग वोट पाते वो जिहड़े सेंटर सरकार आ जां पंजाब सरकार आ ये वोट बैंक आ, उन्हूं पता, हालांकि वोट बैंक है ही नहीं, सारे लोग इदां वोट नहीं पाते, उन्होंने दिमाग चाहे 50-50 हज़ार का लख लख का कट कर लैंदा, जो ये कॉल करेगा भी वोटा पाओ तो उधर वोटा पै जूगियां, उन्होंने जिहड़ी सरकार वा जां मिनिस्टर वोट देखते हैं, ईमानदारी तो कोई है नहीं गी, इंसानियत है नहीं, ये इंसानियत नाते ईमानदारी सोचिए भी इन्होंने जिहड़ी बंदे ने 33 साल जेल च कटिया, 20-25 पैरोलां भी लईयां गुरदीप सिंह खैड़े ने, उन्हूं कहिंदे गुड कंडक्ट, वो हजे तक नहीं बनिया भी चंगा आचरण, भी जेल दे जिहड़ा 30-25-20 बंदा बाहर जाके जेल जांदा उहदे उत्ते उहदे उहनूं क्यों नहीं छड्ड रहे, सानूं इह नहीं समझा, वह बंदा दोषी आ, वह लोगों नूं गुमराह कर लिया, वो वड्डे वड्डे दीवान इकट्ठ करके लोगों को गुमराह कर रहा, लुट रहा लोगों को, उन्होंने देखो पैरोल दी जा रही, ये क्योंकि वो कानून ही नहीं,
ਅਸੀਂ ਸਾਡੀ ਲੜਾਈ ਜਿਹੜੀ ਹੈ ਉਹ ਇਹ ਲੜਾਈ ਹੈ ਵੀ ਮਾੜਾ ਮੋਟਾ ਤਾਂ ਸੋਚੇ ਜਦੋਂ ਜੱਜਾਂ ਜਦੋਂ ਵੀ ਜਿਹਦੇ ਕੋਲ ਜਾਂਦੇ ਉਹ ਕਹਿੰਦੇ ਉੱਪਰੋਂ ਹੁਕਮ ਸਾਨੂੰ ਹਜੇ ਤੱਕ ਉੱਪਰ ਦੀ ਨਹੀਂ ਸਮਝ ਲੱਗੀ ਕਿਹੜੀ ਆ ਜਦੋਂ ਸੈਸ਼ਨ ਜੱਜ ਹੈ ਚਾਹੇ ਸੀ ਜਿਮ ਹੈ ਜੇ ਚਾਹੇ ਹਾਈ ਕੋਰਟ ਦਾ ਜੱਜ ਹੈ ਜਾਂ ਸੁਪਰੀਮ ਕੋਰਟ ਦਾ ਜੱਜ ਉਹਨੇ ਐਜ ਪਰ ਲੋ ਫੈਸਲਾ ਕਰੇ ਉਹ ਫੈਲ ਜਿਹੜੀ ਬੰਦ ਕਰ ਦਿੰਦੇ ਜੀ ਆਖਰੀ ਸਵਾਲ ਵੀ ਹੁਣ ਅਗਲਾ ਮੋਰਚੇ ਦੀ ਰਣਨੀਤੀ ਕੀ ਹੈਗੀ ਹੈ ਕਿਉਂਕਿ ਇਹ ਵੀ ਚਰਚਾਵਾਂ ਚੱਲ ਰਹੀਆਂ ਨੇ ਕਿ ਨਵੇਂ ਆਈ ਜੀ ਲਾ ਦਿੱਤੇ ਗਏ ਨੇ ਤਾਂ ਇਹ ਵੀ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਨੇ ਕਿ ਮੋਰਚਾ ਛੇਤੀ ਛੇਤੀ ਚੁਕਾਇਆ ਜਾਵੇ ਕਿਉਂਕਿ ਅਦਾਲਤੀ ਹੁਕਮ ਵੀ ਲਗਾਤਾਰ ਅਦਾਲਤ ਦੇ ਵਿੱਚ ਵੀ ਕੇਸ ਚੱਲ ਰਿਹਾ ਹੈਗਾ ਉਹਨੂੰ ਲੈ ਕੇ ਵੀ ਚਰਚਾਵਾਂ ਵੱਡੇ ਪੱਧਰ 'ਤੇ ਹੁੰਦੀਆਂ ਰਹੀਆਂ ਮੋਰਚੇ ਦੀ ਰਣਨੀਤੀ ਕੀ ਹੈ ਦੇਖੋ ਇਹ ਪਹਿਲੀ ਗੱਲ ਤਾਂ ਜਿਹੜੇ ਅਸੀਂ ਬੈਠੇ ਹਾਂ ਆਪਣਾ ਸਾਡਾ ਸੰਵਿਧਾਨਕ ਹੱਕ ਹੈ ਜੋ ਪ੍ਰਾਈਮ ਮਿਨਿਸਟਰ ਚਾਹੇ ਰਾਸ਼ਟਰਪਤੀ ਜਦੋਂ ਸੁਣਦਾ ਨਹੀਂ ਹੈ ਉਹ ਸਾਡੀ ਕੋਈ ਗੱਲ ਜਿਹੜੀ ਸਾਡੀ ਜਿਹੜੀ ਸੱਚੀ ਗੱਲ ਆ ਹੱਕੀ ਗੱਲ ਉਹ ਗੱਲ ਨਹੀਂ ਮੰਨਦਾ ਸਾਡਾ ਅਧਿਕਾਰ ਆ ਸੜਕ 'ਤੇ ਬਹਿਣ ਦਾ ਅਸੀਂ ਧਰਨਾ ਦੇ ਸੀ ਅਧਿਕਾਰ ਉਹ ਸਾਡੀਆਂ ਮੰਗਾਂ ਮੰਨ ਲੈਣ ਅਸੀਂ ਕਿਉਂ ਬਹਿਣਾ ਅਸੀਂ ਇੰਨੇ ਮੂਰਖ ਹਾਂ ਇੰਨੇ ਬੇਵਕੂਫ ਹਾਂ ਇੰਨੇ ਯੱਡ ਹਾਂ ਵੀ ਅਸੀਂ ਸਾਰਾ ਸਿਆਲ ਕੋਰੇ ਕੱਕਰ 'ਚ ਆਪਣੀਆਂ ਮਾਵਾਂ ਭੈਣਾਂ ਨੂੰ ਬਿਠਾਈਏ ਗਰਮੀ 'ਚ ਸਰਦੀ 'ਚ ਅੱਗ ਵਰਦੀ 'ਚ ਝੱਖਣਾਂ 'ਚ ਬਿਠਾਈਏ ਅਸੀਂ ਸਦਾਈ ਹਾਂ ਉਹ ਸਾਡੀਆਂ ਮੰਗਾਂ ਮੰਨ ਲੈਣ ਆਈਏ ਆਵੇ ਵੈਲਕਮ ਜਿਹੜਾ ਮਰਜ਼ੀ ਆਵੇ ਉਸ ਉਹ ਇਹ ਜੇ ਉਹ ਇਹ ਵੀ ਦੱਸੇ ਵੀ ਇਹ ਬੈਠੇ ਕਿਉਂ ਆ ਜਿਹੜਾ ਜੱਜ ਕਹਿ ਰਿਹਾ ਵੀ ਧਰਨਾ ਚੁਕਾਓ ਵੀ ਅਸੀਂ ਬੈਠੇ ਕਿਉਂ ਆ ਵੀ ਅਧਿਕਾਰ ਤਾਂ ਦੱਸਣ ਉਹਨੂੰ ਉਹ ਸਾਡੀਆਂ ਮੰਗਾਂ ਮੰਨਣ ਉਹ ਸਰਕਾਰ 'ਤੇ ਦਬਾਅ ਪਾਵੇ ਚਾਹੇ ਆਈ ਜੀ ਸਾਹਿਬ ਨੇ ਚਾਹੇ ਏ ਡੀ ਜੀ ਪੀ ਨੇ ਚਾਹੇ ਡੀ ਜੀ ਪੀ ਨੇ ਚਾਹੇ ਕੋਈ ਵੀ ਆ ਉਹ ਸਰਕਾਰ 'ਤੇ ਦਬਾਅ ਪਾਵੇ ਤੁਸੀਂ ਇਹਨਾਂ ਦੀ ਇਹਨਾਂ ਦੀ ਸੁਣਦੇ ਕਿਉਂ ਨਹੀਂ ਵੀ ਆਹ ਜਿਹੜੀਆਂ ਮੰਗਾਂ ਵਾ ਜਾ ਕਹਿਣ ਮੰਗਾਂ ਨਜਾਇਜ਼ ਆ ਮੰਗਾਂ ਜਾਇਜ਼ ਹੀ ਨਹੀਂ ਜੇ ਸਾਰੇ ਕਹਿੰਦੇ ਵੀ ਮੰਗਾਂ ਜਾਇਜ਼ ਨੇ ਜੇ ਮੰਗਾਂ ਜਾਇਜ਼ ਆ ਤਾਂ ਉਹ ਸਰਕਾਰ ਨੂੰ ਕਹਿਣ ਵੀ ਮੰਨੋ ਸਨਪਾਲ ਸਿੰਘ ਫਰਾਂਸ ਗੱਲਬਾਤ ਕਰਕੇ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਅੱਜ ਜਿਹੜਾ ਮਾਰਚ ਕੱਢਿਆ ਗਿਆ ਇਹਦਾ ਮਕਸਦ ਕੀ ਸੀ ਸਾਫ਼ ਤੌਰ 'ਤੇ ਜ਼ਿਕਰ ਕਰ ਰਹੇ ਨੇ ਕਿ ਸਾਡੀ ਕੋਸ਼ਿਸ਼ ਇਹੀ ਹੈ ਕਿ ਅਸੀਂ ਲੋਕਾਂ ਤੱਕ ਚੇਤਨਾ ਪਹੁੰਚਾਈਏ ਜਾਣਕਾਰੀ ਪਹੁੰਚਾਈਏ ਕਿ ਅਸੀਂ ਇਸ ਮੋਰਚੇ ਦੇ ਵਿੱਚ ਬੈਠੇ ਕਿਉਂ ਅਤੇ ਨਾਲ ਦੀ ਨਾਲ ਸਰਕਾਰ ਦੀਆਂ ਅਤੇ ਪ੍ਰਸ਼ਾਸਨ ਦੀਆਂ ਅਤੇ ਕਾਨੂੰਨੀ ਤੌਰ 'ਤੇ ਜਿਹੜੇ ਨੁਕਤੇ ਪੇਸ਼ ਨੇ ਉਹਨਾਂ ਦੀਆਂ ਜਿਹੜੀਆਂ ਖਾਮੀਆਂ ਨੇ ਉਹ ਵੀ ਗਣਵਾ ਰਹੇ ਨੇ ਕਿ ਅਸੀਂ ਜਾਇਜ਼ ਮੰਗਾਂ ਨੂੰ ਲੈ ਕੇ ਬੈਠੇ ਹਾਂ ਅਤੇ ਸਾਡੀ ਆਵਾਜ਼ ਨਹੀਂ ਸੁਣੀ ਜਾ ਰਹੀ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਆਪਣੇ ਕਮੈਂਟ ਆਪਣੀਆਂ ਜ਼ਰੂਰ ਸਾਂਝੇ ਕਰੋ ਸਹਿਯੋਗੀ ਅਮਿਤ ਦੇ ਨਾਲ ਹਰਦੀਪ ਸਿੰਘ ਪੋਗਲ ਨਿਊਜ਼ ਓਨਲੀ ਮੋਹਾਲੀ